ਬਾਬੇ ਦੇ ਵੀ ਪਰਚੇ ਹੋ ਜਾਂਦੇ ਆ ਸਾਲੀਏ ਤੈਨੂੰ ਆਪਣੀ ਵਕਤ ਪਈ ਆ ਜਾ ਕੰਮ ਕਰ ਜਾ ਵੇ ਬਾਬਾ ਜੀ ਬਾਬਾ ਜੀ ਮੈਂ ਬੜੀ ਪਰੇਸ਼ਾਨ ਆ ਕਿਉਂ ਤੇਰਾ ਮੁੰਡਾ ਦੁੱਧ ਨਹੀਂ ਪੀਂਦਾ ਦੁੱਧ ਨੂੰ ਗਰਮ ਕਰ ਬੱਚਾ ਥੋੜਾ ਜਿਹਾ ਲਾਈਟ ਜਿਹਾ ਬੱਚਾ ਦੇ ਮੁੰਝ ਬਾਬੇ ਪੀਏਗਾ ਅਸੀਂ ਬਾਬੇ ਬੜੇ ਪਹੁੰਚੇ ਆ ਬਾਬਾ ਜੀ ਮੈਂ ਤੁਹਾਡੇ ਨਾਲ ਹੀ ਰਹਿਣਾ ਬਸ ਹੁਣ ਮੈਂ ਤਾਂ ਇਹ ਹੋਇਆ ਤੈਨੂੰ ਰੱਖ ਤੇ ਲਈਏ ਤੇਰਾ ਖਰਚਾ ਬਹੁਤ ਹੀ 2200 ਰੁਪਏ ਦੀ ਤੂੰ ਰੋਜ਼ ਚਰਸ ਪੀ ਜਾਨੀ ਨਹੀਂ ਪੀਨੀ ਖਾ ਕਸਮ ਨਹੀਂ ਪੀਂਦੀ ਚੁੱਪ ਹੋ ਜਾ ਨਹੀਂ ਨਹੀਂ ਬਾਬਿਆਂ ਨੂੰ ਪਤਾ ਬਾਬੇ ਨੇ ਸਿਰਫ ਹਸਾਉਣ ਲਈ ਗੱਲ ਕੀਤੀ ਏ ਬਾਬਾ ਜੀ ਇਹ ਬੱਚਾ ਬਾਈ ਮੇਰੇ ਇੱਧਰ ਖਾਰਿਸ਼ ਹੁੰਦੀ ਏ ਦੌਲਤ ਆਉਣ ਵਾਲੀ ਏ ਇੱਧਰ ਵੀ ਹੁੰਦੀ ਏ ਜ਼ਿਆਦਾ ਆਏਗੀ ਇੱਧਰ ਵੀ ਹੁੰਦੀ ਏ ਸਫਰ ਪੈਣ ਵਾਲਾ ਏ ਇੱਧਰ ਵੀ ਹੁੰਦੀ ਏ ਤੈਨੂੰ ਤੇ ਖੁਰਕ ਪਈ ਆ ਸਾਲੀਏ ਏਡੀ ਤੂੰ ਕਿਤੇ ਬਾਬੇ ਨੂੰ ਤੈਨੂੰ ਬਾਬੇ ਨੂੰ ਦੱਸੇ ਨਹੀਂ ਤੈਨੂੰ ਸਫਰ ਪੈਣ ਵਾਲਾ ਇੱਥੇ ਵੀ ਖਾਰਿਸ਼ ਹੁੰਦੀ ਏ ਇੱਥੇ ਵੀ ਤੈਨੂੰ ਤਾਂ ਬੰਦਾ ਪੈਣ ਵਾਲਾ ਕਰਦੇ ਚੁੱਪ ਜਾ ਇੱਥੇ ਤੂੰ ਪਾਸ ਕਰੀ ਜਾਨੀ ਇਹ ਔਰਤ ਠੀਕ ਨਹੀਂ ਤੁਸੀਂ ਠੀਕ ਹੈ ਗਲਤੇ ਤੂੰ ਗਲਤੇ ਤੁਸੀਂ ਮੈਂ ਆਦੂ ਬਾਈ ਠੀਕ ਹੈ ਗਲਤ ਔਰਤ ਹੈ ਚੈੱਕ ਕਰ ਉਹ ਗੱਲ ਸੁਣ ਹਾਂਜੀ ਅੱਜ ਤੋਂ ਪੇਸਟ ਕਰਨੀ ਹੈ ਮੂੰਹ ਤੱਕ ਬਣਦਾ ਹਾਂ ਤੁਸੀਂ ਠੀਕ ਹੈ ਨਹੀਂ ਗੱਲ ਸੁਣ ਹਾਂਜੀ ਅੱਜ ਤੋਂ ਗਾਜਰ ਮਸ਼ੀਨ 'ਚ ਪਾਈਏ ਗਾਜਰ ਗਾਇਬ ਹੋ ਜਾਂਦੀ ਹੈ ਬਿਲਕੁਲ ਤੁਸੀਂ ਠੀਕ ਹੈ ਨਹੀਂ ਗਲਤੇ ਤੁਸੀਂ ਠੀਕ ਹੈ ਓਏ ਚੱਕ ਰੇ ਕੁੜੀਏ ਹਾਂਜੀ ਬਾਬਾ ਜੀ ਹਾਂਜੀ ਜਦੋਂ ਤੂੰ ਸੌਣੀ ਆ ਹਾਂਜੀ ਤੇਰੀ ਖਾਬ 'ਚੋਂ ਚਾਚਾ ਆਉਂਦਾ ਹੀ ਫਿਰ ਉਹ ਚਾਚਾ ਹੀ ਗਲਤ ਆ ਤੇਰੀ ਖਾਬ 'ਚ ਅਸੀਂ ਵੀ ਆਉਂਦੇ ਹੋਵੇ ਨਹੀਂ ਹੁੰਦਾ ਚੱਲ ਚਲੀ ਜਾ ਅੰਦਰ ਬਾਬਾ ਆਉਂਦਾ ਹੀ ਚੱਲ ਆਉਂਦਾ ਹੀ ਕੀ ਮਤਲਬ ਬਾਬਾ ਜੀ ਆਉਂਦਾ ਬਾਬਾ ਤੇਰੇ ਕੋ ਚੱਲ ਕੀ ਕਰਨਾ ਜੇ ਹੋਰ ਬੱਚਾ ਇੱਥੇ ਆ ਜਾ ਜੀ ਮੁਰਸ਼ਦ ਦੱਸ ਕੀ ਚਾਹੁੰਦਾ ਵਿਆਹ ਕਰਨਾ ਚਾਹੁੰਦਾ ਹੈ ਜੀ ਮੁਰਸ਼ਦ ਇੱਕ ਸ਼ਰਤ ਤੇ ਵਿਆਹ ਕਰੇਗਾ ਅੱਡ ਲਾ ਸ਼ਕੀਲ ਭਾਈ ਉਹਨਾਂ ਕੋ ਵੀਡੀਓ ਬਣਾਉਣੀ ਹੈ ਤੇਰੇ ਮੈਂ ਦੱਸ ਦਿੱਤਾ ਹੀ ਅਗਰ ਨਾ ਬਣਾਈ ਤੇ ਫਿਰ ਕੁੱਤਾ ਬਣਾ ਦੇਗਾ ਠੀਕ ਹੈ ਮੁਰਸ਼ਦ ਆਸਮ ਭਾਈ ਤੇਰੇ ਨਾਲ ਦਾਵਨ ਕਰ ਲਾਂਗੇ ਹਾਂਜੀ ਤੇਰੇ ਹੱਥ ਦੀਆਂ ਲਕੀਰਾਂ ਦੱਸ ਦੀਆਂ ਅਰੇ ਘਰ ਤੇ ਜੀ ਮੁਰਸ਼ਦ ਸਾਰੀਆਂ ਲਕੀਰਾਂ ਮਿਟੀਆਂ ਓਏ ਹੱਸਣ ਵਾਲੀ ਗੱਲ ਨਹੀਂ ਐਵੇਂ ਗਲਾਸ ਮਾਰ ਲਿਆ ਤਾਂ ਇਹਦਾ ਇਹ ਦਿਖਾ ਤੇਰੇ ਹੱਥ ਦੀਆਂ ਲਕੀਰਾਂ ਦੱਸਦੀਆਂ ਨੇ ਤੇਰੀ ਛੋਟੀ ਪੈਨ ਰਕਸ਼ੇ ਵਾਲੇ ਨਾਲ ਦੌੜੀ ਆ ਆ ਵੇਖ ਟਾਇਰ ਬਣੇ ਚੁੱਪ ਹੋ ਜਾ ਕੁੱਤਾ ਬਣਾ ਦੇਗਾ ਇਹ ਮੁਰਸ਼ਦ ਕਰੀ ਯਾਰ ਇਹਨਾਂ ਗੱਲਾਂ ਤੋਂ ਮੈਂ ਮੁਰਸ਼ਦ ਨੇ ਪੈਨ ਛੱਡਿਆ ਮੈਂ ਕੱਲ ਦੁਬਾਰਾ ਨਾ ਕਰਦਾ ਸਾਨੂੰ ਕੀ ਲੋੜ ਹੈ ਨਾ ਬੱਚਾ ਸਾਡੀ ਵੀ 30 ਪੈਣੇ ਹੋ ਬਿਲਕੁਲ ਠੀਕ ਹੈ ਅਸੀਂ ਵੀ 30ਆਂ ਪੈਣ ਵਾਲੇ ਆ ਨਸਣ ਵਾਲੇ ਨਸ ਗਈ ਫਿਰ ਕੀ ਹੋਇਆ ਆਪੇ ਖਬਰ ਚ ਆ ਜਾਣਾ ਮੈਨੂੰ ਮਾਰੀ ਜਾਂਦਾ ਮੈਂ ਰਕਸ਼ੇ ਦਾ ਮੈਨੂੰ ਤੇ ਇੰਜ ਮਾਰੇ ਜੇ ਮੈਂ ਡਰਾਈਵਰ ਆ ਚੱਲ ਗਿਆ ਬਦਮਾਸ਼ ਤੇਰੇ ਨਾਲ ਬਾਬਾ ਆ ਗਿਆ ਜੀ ਕੁੱਤਾ ਬਣਾ ਦੇ ਆ ਇਹ ਸਾਲਿਆ ਕਿਹੜੀਆਂ ਜਾਨਵਰਾਂ ਦੀਆਂ ਡਾਈਆਂ ਲਈ ਫਿਰਦਾ ਕੁੱਤਾ ਬਣਾ ਦੇਗਾ ਆ ਜੇ ਪਿਓ ਦਾ ਪੁੱਤ ਨਾ ਬਣਾ ਕੁੱਤਾ ਮੈਨੂੰ ਕੁੱਤਾ ਬਣਾ ਇਹਨੂੰ ਮੁਸ਼ਕੀ ਕੁੱਤੀ ਬਣਾ ਬਦਮਾਸ਼ੀ ਛੱਡ ਕੇ ਸ਼ਾਦੀ ਕਰ ਲਾਂਗੇ ਕੀ ਹੈ ਚੱਲ ਚਲੋ ਠੀਕ ਹੈ ਅੱਜ ਤੋਂ ਬਾਅਦ ਤੂੰ ਕੁੱਤਾ ਹੀ ਤੇ ਤੂੰ ਕੁੱਤੀ ਆ ਆਉਣਾ ਮੈਂ ਕਿੱਧਰ ਡਾਂਗ ਫੜ ਲੈ ਆਵਾਂ ਜਾ ਫੜ ਤੇਰੀ ਦਹਿਸ਼ਤ ਵਾਜੇ ਬੱਚਾ ਜੀ ਬਾਬਾ ਜੀ ਇੱਥੇ ਘੁੰਮਣ ਵਾਲੀ ਬੱਤੀ ਲਵਾ ਲਾ ਕੁਛ ਨੀ ਹੁੰਦਾ ਬਾਬਾ ਜੀ ਘੁੰਮਣ ਵਾਲੀ ਬੱਤੀ ਮਹਿੰਗੀ ਮਿਲੇਗੀ ਅਗਰ ਇਜਾਜ਼ਤ ਹੋਵੇ ਤੇ ਰਕਸ਼ੇ ਦੀ ਲਵਾ ਲਾ ਨਹੀਂ ਬੱਚਾ ਇਹਦੇ ਲਈ ਤੈਨੂੰ ਆਪਣੀ ਮੈਨੂੰ ਸੌਣੀ ਪੈਣੀ ਆ ਪਤਾ ਕੀ ਏ ਕੁਛ ਨਹੀਂ ਛੱਡ ਦੇ ਇਧਰ ਆਓ ਬਾਬਾ ਜੀ ਦੱਸ ਗੱਲ ਏ ਬਾਬਾ ਜੀ ਮੈਂ ਬੜਾ ਪਰੇਸ਼ਾਨ ਰਹਿਣਾ ਦੱਸ ਬੱਚਾ ਪਰੇਸ਼ਾਨੀ ਦੱਸ ਮੇਰੇ ਲੱਖ 'ਚ ਹਰ ਵੇਲੇ ਦਰਦ ਰਹਿੰਦਾ ਤੇਰਾ ਹੋਰ ਕੋਈ ਬਾਬਾ ਵਾਕਫ ਆ ਨਹੀਂ ਪਰ ਲੱਭ ਯਾਰ ਮੇਰੀ ਵੀ ਨਹੀਂ ਜਾਣਦੀ ਤਰੀ ਹੋਏ ਪਏ ਯਾਰ ਖੁਦਾ ਦੇ ਦੱਸ
ਕੁਛ ਨੀ ਹੁੰਦਾ ਪਿਓਾਂ ਦੇ ਸਿਰ ਤੋਂ ਵਾਲ ਉੱਡ ਜਾਂਦੇ ਨੇ ਜਵਾਨਾ ਤੈਨੂੰ ਨੀ ਗਿਆ ਤੈਨੂੰ ਨੀ ਗਿਆ ਨਹੀਂ ਮੈਂ ਤੇ ਵੈਸੇ ਤਿਆਤਨ ਕੀਤਾ ਚੰਗਾ ਰਹਿ ਗਿਆ ਮਿਰਜ਼ਾ ਯਾਰੋ ਜਿਹਨੇ ਯਕਦਮ ਕੰਮ ਤਮਾਮ ਕੀਤਾ।
ਕਿਤੇ ਨਾ ਛੱਡ ਇਸ ਕੁੜੀ ਨੂੰ ਵੇਖ ਕਿੱਡੀ ਸੋਹਣੀ ਕੁੜੀ ਏ ਤੇਰੀ ਪਰੀ ਜਵਾਨੀ ਵੇਖ ਕੇ ਤਰਸ ਮੈਨੂੰ ਆਉਂਦਾ ਏ ਹੁਣ ਵੇਖੋ ਸਵੇਰੇ ਉੱਠ ਕੇ ਪਹਿਲੇ ਕੌਣ ਨਹਾਉਂਦਾ ਏ ਗਰਮੀ ਗਰਮੀ ਛੱਡ ਦੇ ਪਾਣੀ ਨੂੰ ਤੂੰ ਸਾਡੀ ਮੁਰੀਦ ਏ ਕਿ ਮੁਰੀਦਾਂ ਦਾ ਪਾਣੀ ਸਾਡੇ ਲਈ ਹਰਾਮ ਏ ਸ਼ਰਾਬ ਲੈ ਕੇ ਆਓ ਕਰਾਨੇ ਜਿਹੜੂ ਯਾਰ ਏ ਮੁੜ ਜਾ ਜੀ ਤੂੰ ਏ ਮੁੜ ਸੁਣਿਆ ਜਗਾ ਬਦਮਾਸ਼ ਤੇਰਾ ਪਿਓ ਏ ਹੋਰ ਤੇਰਾ ਪਿਓ ਏ ਮੁੜ ਬਦਮਾਸ਼ਾਂ ਦਾ ਏ ਡੇਰਾ ਸਾਨੂੰ ਮੁਨਸ਼ੀਆਤ ਦਾ ਘੜ ਲੱਗਦਾ ਏ ਘੜ ਕਿਉਂ ਸੋਣਾ ਤੜੀ ਤੜੀ ਲੜੀ ਤੜੀ ਬਸ ਆਪਣੇ ਆਉਣ ਦਾ ਮਕਸਦ ਦਾ ਸਾ ਬਹਾਦਰ ਠੀਕ ਹੈ ਬੜੀ ਮੁੜ ਜਾ ਜੀ ਮੇਰਾ ਪੁੱਤਰ ਲੱਖ ਲਾਣਤ ਹੈ ਤੂੰ ਕਹਿੰਦਾ ਮੈਂ ਜੱਗੇ ਦਾ ਪੁੱਤਰ ਹੋ ਕਹਿੰਦਾ ਮੇਰਾ ਪੁੱਤਰ ਉਹ ਯਾਰ ਹੋ ਸਕਦਾ ਉਹਨੇ ਪੈਸੇ ਪਾਏ ਹੋਣ ਆਏ ਵੀ ਉਸ ਖੇੜੇ ਓਏ ਤੜੀ ਲਾਣੀ ਦੇ ਬਸਤਾ ਨਹੀਂ ਸ਼ਾਬਾਸ਼ ਮੈਂ ਕਿਹਾ ਆਪਣੇ ਆਉਣ ਦਾ ਮਕਸਦ ਦਾ ਸਾ ਬਹਾਦਰ ਮੁੜ ਜਾ ਜੀ ਮੇਰਾ ਪੁੱਤਰ ਮੁੜ ਦੇ ਰੁਬਾ ਨੂੰ ਬੋਲਵਾਈਂ ਦਿਲ ਰੁਬਾ ਸਾਡਾ ਪਿਆਰ ਏ ਨਹੀਂ ਸਾਬ ਉਹ ਦਿਲ ਰੁਬਾ ਚਾਚੀ ਦੀ ਜਾਨ ਏ ਠੀਕ ਹੈ ਤੇ ਜੇ ਨਾ ਭੁੱਲਿਆ ਮੋੜੇ ਜਾਨ ਮੈਂ ਕੱਟ ਲੈਸਾ ਕਿਉਂ ਜੀ ਉਹੀ ਗੱਲ ਹੋਈ ਨਾ ਕੀ ਕਰ ਲਓ ਮੈਂ ਯਾਰ ਤਫਾ ਕਰ ਯਾਰ ਦਿਲ ਰੁਬਾ ਇਹਨੂੰ ਦੇ ਦਿਓ ਆਪਾਂ ਕੋ 35-40 ਦਾ ਖੁਸਰਾ ਘੇਰ ਲਾਂਗੇ ਦਾਦੀ ਜੀ ਮੁੱਦ ਮਾਰ ਛੇ ਤੱਕੇ ਦਾ ਪੁੱਤਰ ਹਾਂ ਬਾਹਰ ਕੱਢ ਆ ਚਾਚੀ ਦੀ ਜਾਨ ਹੈ ਦਿਲਬਾ ਸਾਹਿਬ ਮੁੜ ਮੈਂ ਤੈਨੂੰ ਆਖਰੀ ਵਾਰ ਨੂੰ ਦੇ ਚਲਿਆ ਕਿਉਂ ਮੈਂ ਬਿਜਲੀ ਚੋਰੀ ਕਰਦਾ ਮੁੜ ਮੈਂ ਤੈਨੂੰ ਆਖਰੀ ਵਾਰ ਨੂੰ ਦੇ ਚਲਿਆ ਮੁੜ ਦੇ ਰੁਬਾ ਨੂੰ ਬੋਲਵਾਈ ਨਹੀਂ ਤਾਂ ਇਨਕਾਊਂਟਰ ਆਉਣ ਲਈ ਤਿਆਰ ਹੋ ਜਾ ਕਿਉਂ ਜੀ ਉਹ ਕਹਿੰਦਾ ਕਾਊਂਟਰ ਦੇ ਪਿੱਛੇ ਆਉਣ ਲਈ ਤਿਆਰ ਹੋ ਜਾ ਇਹ ਕਾਦੀ ਬਦਮਾਸ਼ੀ ਯਾਰ ਯਾਰ ਇਨਕਾਊਂਟਰ ਕਹਿ ਰਿਹਾ ਪੁਲਿਸ ਮੁਕਾਬਲੇ ਦੀ ਗੱਲ ਕਰ ਰਿਹਾ ਅੱਛਾ ਅੱਛਾ ਜਾ ਟੁਰ ਜਾ ਸਾਹਿਬ ਜਾ ਜੀ ਜਾ ਜੀ ਜਾ ਜੀ ਮੁਰਦੇ ਰੁਬਾ ਨੂੰ ਬੋਲਵਾਈ ਨਹੀਂ ਤਾਂ ਇਨਕਾਊਂਟਰ ਹੋਣ ਲਈ ਤਿਆਰ ਹੋ ਜਾ ਮੁੜ ਜੱਗੇ ਬਦਮਾਸ਼ ਤੇ ਪੁੱਤਰ ਨੂੰ ਮਾਰ ਦੇਵਣਾ ਮੇਰੇ ਲਈ ਕੋਈ ਮੁਸ਼ਕਿਲ ਗੱਲ ਕਹਿ ਨਹੀਂ ਆ ਆ ਮੈਂ ਕਿਹਾ ਤੜੀ ਲਾਈ ਇੱਥੇ ਖੜਾ ਸੀ ਯਾਰ ਜਦੀ ਕੀ ਕਰਨਾ ਤੇ ਯਾਰ ਇਹ ਰੌਲਾ ਹੀ ਮਾਰਨਾ ਰਹਿਣ ਦੇ ਯਾਰ ਤੂੰ ਬਦਮਾਸ਼ ਹੈ ਤੂੰ ਮੈਂ ਨਹੀਂ ਯਾਰ ਬਦਮਾਸ਼ ਤੂੰ ਤੇ ਕਿਹੜਾ ਪੁੱਤਰ ਯਾਰ ਹਾਂ ਬਾਹਰ ਕੱਢ ਤੁਹਾਰੇ ਯਾਰ ਕੀ ਬਾਤ ਵੀ ਯਾਰ ਤੂੰ ਨਾਲ ਦੇ ਗੱਡੀ ਪਾਲਾ ਕਰਕੇ ਇਹ ਕੌਣ ਹੈ ਇਹ ਨਦਰੂ ਦੀ ਆਵਾਜ਼ ਹੀ ਨਾ ਬੱਚੇ ਦੇ ਵਿੱਚ ਆਉਣ ਅਸਲਾਮ ਅਲੈਕਮ ਵਾਲੇਕਮ ਸਲਾਮ ਨਾ ਇਹ ਮੇਰਾ ਨਦਰੂ ਤੇ ਮੈਂ ਜੱਗ ਤੇ ਛੱਡਿਆ ਨਹੀਂ ਕੋ ਗੱਭਰੂ ਇਹ ਦੱਸੋਗੇ ਸਾਡੇ ਜੇ ਜਾਜੀ ਕੌਣ ਹੈ ਆ ਜਾਜੀ ਹੋਰ ਨਲਕਾ ਲਗਾ ਬਈ ਤੇਰੇ ਸਾਹਮਣੇ ਜਾਜੀ ਖੜੋਤਾ ਹੋਰ ਰਕਸ਼ਾ ਖੜਾ ਵਾਹ ਬਈ ਵਾਹ ਕਿਵੇਂ ਆਇਆ ਓਏ ਸਾਈਕਲ ਤੇ ਓਏ ਆਪਣੇ ਆਣ ਦਾ ਮਕਸਦ ਦੱਸ ਕੰਜਰਾ ਨਾ ਮੈਂ ਕੰਜਰ ਨਹੀਂ ਮੈਂ ਇੰਜੋਇਮੈਂਟ ਪ੍ਰੋਫੈਸਰ ਆ ਆਏ ਆਪਣੇ ਆਣ ਦਾ ਮਕਸਦ ਦੱਸ ਕੰਜਰਾ ਘੜੀ ਘੜੀ ਨਾ ਆਖ ਮੈਂ ਮੁੱਕਰਦਾ ਪਿਆ ਪੈਸਾ ਵਈਆ ਤਮਾਸ਼ਬੀਨ ਇਹ ਸਾਡੇ ਕੋਠੇ ਤੇ ਆਪ ਚੱਲ ਕੇ ਆਉਂਦਾ ਤੂੰ ਪਹਿਲਾ ਖੁਸ਼ ਨਸੀਬ ਏ ਜਿਹਦੇ ਕੋ ਨਜ਼ਰੂ ਆਪ ਆ ਗਿਆ ਓਏ ਆਇਆ ਕਿਵੇਂ ਤੂੰ ਵੀ ਡੇਰੇਦਾਰ ਏ ਤੇ ਅਸੀਂ ਵੀ ਡੇਰੇਦਾਰ ਆ ਤਰਾਏ ਕੁੜੀਆਂ ਚਾਹੀਦੀਆਂ ਨੇ ਮਿਲ ਜਾਣ ਓਏ ਇਹ ਕੌਣ ਏ ਇਹ ਦਿੰਦੇ ਨੇ ਕੌਣੇ ਕਾਕਾ ਮੈਂ ਸਾਇੰਸਦਾਨ ਹਾਂ ਮੋਮਬੱਤੀਆਂ ਦੇ ਧਾਗੇ ਪਾਉਣਾ ਮੂੰਹ ਤਾਂ ਤੇਰਾ ਸਲਵਾਰਾਂ 'ਚ ਨਾਲੇ ਪਾਉਣ ਵਾਲਾ ਹੈ ਕੀ ਕਰਦਾ ਪਿਆ ਕੰਜਰਾ ਸਲਵਾਰਾਂ ਛੱਡ ਓਏ ਗੜੀ ਗੜੀ ਨਾ ਕੰਜਰ ਆਖ ਲੋਕ ਜਵਾਨ ਦੇ ਪਏ ਨੇ
ਲੇਕਿਨ ਬੱਚੀਆਂ ਦੀਆਂ ਗੱਲਾਂ ਮੰਗਣੀਆਂ ਪੈਂਦੀਆਂ ਨੇ। ਆ ਸਾਨੂੰ ਦੱਸਦਾ ਦਿਲਬਾ ਨੇ ਆਣਾ ਸੀ, ਅਸੀਂ ਦਿਲਬਾ ਨੂੰ ਆਪਣੇ ਘੋੜੇ ਤੇ ਪਾ ਕੇ ਲਿਆਂਦੇ ਨਾ। ਸਾਡੀਆਂ ਬੱਚੀਆਂ ਨੂੰ ਘੋੜੇ ਦੀ ਆਦਤ ਨਾ ਪਾ। ਫੁੱਲਾਂ ਦੀਆਂ ਪੱਤੀਆਂ ਲਿਆ, ਕਬਰਸਤਾਨ ਜਾਣਾ। ਆ ਨਾਲ ਚਾਰ ਅਗਰਬੱਤੀਆਂ ਵੀ ਲੈ ਆਈ। ਹੋ ਗਿਆ, ਕੰਨਾਂ ਚ ਲਾ, ਤੇਰੀ ਬੋ ਮਰੇ। ਬੁਲਾ ਦਿਲਬਾ ਨੂੰ, ਬੁਲਾ। ਸਾਡੀ ਦਿਲਬਾ ਆਵੇ, ਅਸੀਂ ਉਹਦੇ ਰਾਹ 'ਚ ਆਪਣੀ ਚਾਦਰ ਵਿਛਾਨੇ ਆ। ਬੁਲਾ ਦਿਲਬਾ ਨੂੰ, ਇਹਨੂੰ ਕਹਿੰਦੇ ਪਿਆਰ। ਆ ਬੈਠੋ, ਆ ਜਾਓ। ਕੀ ਬਕਵਾਸ ਹੈ ਹੋਇਆ ਕੀ ਵਾਲਾ ਸਾਹਿਬ ਨੂੰ? ਕੁਛ ਵੀ ਨਹੀਂ ਹੋਇਆ ਭਲਵਾਨ, ਤੁਹਾਡੀ ਕੰਧ ਟੱਪਿਆ, ਮੁੜ ਕੇ ਉੱਠਿਆ ਹੀ ਨਹੀਂ। ਯਾਰ ਉਹਨੂੰ ਕੀ ਲੋੜ ਹੈ ਕੰਧਾਂ ਟੱਪਣ ਦੀ, ਉਹਦੀ ਬਹਿਣ ਦਾ ਘਰ ਹੈ। ਜਦੋਂ ਮਰਜ਼ੀ ਜੇਲ ਵੀ ਚਲਾ ਜਾ, ਖੁਸਰੇ ਦੇ ਪਾਨ ਲਿਆਉਣ ਵਾਲਿਆ ਗੈਸਾਂ ਚ ਹਵਾ ਭਰਨ ਵਾਲਿਆ। ਆ ਰਹੀ ਹੈ ਆਪਣੀ ਬੱਚੀ ਦਾ ਟੇਲਰ ਚਲਾਇਆ। ਖਲੋ ਖਲੋ ਕੇ ਬੜਕਾ ਮਾਰਨ ਡਿਆ, ਘਰ ਦਾ ਕਦੀ ਬੇਜ ਜਮਾ ਕਰਾਉਣ ਨਹੀਂ ਗਿਆ। ਦਾਦੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਨੀਆਂ ਨੇ, ਬਸ ਇਸ਼ਕ ਮੁਹੱਬਤ ਸੋਹਣਿਆ ਇਹ ਤੇ ਮੇਰੀ ਮਜਬੂਰੀ, ਅਸਲ ਟੇਸਟ ਤੇ ਮੇਰਾ ਤੂੰ ਹੈ। ਤੂੰ ਮੁੱਠ ਰੱਖ, 13,000 ਹੁਣ ਵੀ ਮੇਰੀ ਜੇਬ 'ਚ। ਮੈਂ ਹੁਣ ਪਿਆਰ ਕੀਤਾ, ਉਹ ਲੱਗਦਾ ਮੇਰੇ ਕੋਲ ਟਿਊਸ਼ਨ ਪੜ੍ਹਨ ਆਈ। ਸਲਾਮ ਪੇਸ਼ ਕਰ ਦੀ ਯਾਰ, ਪਿਆਰ ਨੂੰ ਸਲਾਮ ਨਹੀਂ ਯਾਰ। ਹਾਂ ਮੀਆਂ, ਛੇਤੀ ਕਰ ਲਓ, ਅਸੀਂ ਅੱਗੇ ਰਾਈਆਂ ਵੱਲ ਵੀ ਜਾਣਾ ਹੈ। ਓਏ ਇੱਥੋਂ ਤਾਂ ਤੈਨੂੰ ਕੁਛ ਲੱਭੇਗਾ, ਰਾਈਆਂ ਵਾਲਾ ਤੈਨੂੰ ਕੀ ਲੱਭਣਾ? ਬੜੀ ਹੱਦ ਹੈ, 5 ਕਿਲੋ ਗੰਢੇ। 5 ਕਿਲੋ ਗੰਢੇ, ਉਹ ਵੀ ਭੂਕਾ ਵਾਲੇ। ਆ ਕਿਵੇਂ ਆਈ ਹੈ ਦਿਲਬਾ? ਚਾਚੀ ਆ, ਮੈਂ ਤੇਰੀ ਬੜੀ ਚਰਚੇ ਸੁਣ ਕੇ ਆਈ ਆ। ਇਹ ਵੀ ਕਿਸੇ ਨੇ ਬਕਵਾਸ ਕੀਤਾ ਹੈ। ਮੈਂ ਤੇਰੇ ਨਾਲ ਇੱਕ ਜ਼ਰੂਰੀ ਕੰਮ ਪਿਆ। ਕਿਉਂ ਜੀ? ਸਾਲਿਆ ਮੈਂ ਇੱਥੇ ਕਿਹੜਾ ਨਾਦਰਾ ਦਾ ਦਫ਼ਤਰ ਖੋਲਿਆ, ਪਰ ਬੰਦੇ ਨੂੰ ਮੇਰੇ ਨਾਲ ਕੰਮ ਪਈ ਜਾਂਦਾ। ਹੁਣ ਕੰਜਰਾਂ ਦਾ ਕੰਮ ਵੀ ਮੈਂ ਕਰਾਂ। ਮੇਰਾ ਖੰਜਰ ਤੇਜ਼ ਹੋਣਾ, ਮੈਂ ਵਜ਼ੀਰਾਬਾਦ ਜਾ ਰਿਹਾ ਅੱਜ। ਮੇਰੇ ਵਾਲਾ ਲੈ ਲਾ, ਤੇਰਾ ਕਦੋਂ ਆਪਣਾ? ਤੇਰੇ ਵੀ ਕੋਈ ਤਮਾਸ਼ ਵੀ ਨਹੀਂ ਭੁੱਲ ਗਿਆ ਹੋਣਾ। ਨਹੀਂ ਮੈਂ ਆਹ ਪੰਜੀਆਂ ਦਾ ਲਿਆ ਬਗੈਰ ਤਾਂ ਕਰ, ਕੰਜਰੀਆਂ ਦੇ ਵੀ ਦਿਲ ਖੱਟੇ ਕਰ। ਜਾ ਦਿਲਬਾ, ਆ ਚਾਚੀ ਤੇਰੀ ਖਾਤਰ ਇੱਕ ਤੇ ਕੀ 101 ਕਤਲ ਕਰ ਦੇਗਾ। ਸ਼ਹਿਜ਼ਾਦਾ ਲੱਗਾ ਆ, ਦੱਸ ਕਿਹਨੂੰ ਕਤਲ ਕਰਾਣਾ ਈ? ਯਾਰ ਮੈਂ ਬਦਮਾਸ਼ ਸਮਝਿਆ ਤੇ ਬਾਬਾ ਗਾਈਆਂ ਵਾਲਾ, ਜਾ ਜਾ ਕੇ ਕਿਤੇ ਕਹਿ ਸੀ ਪਕਾਨੇ ਵੇਚ। ਕੰਜਰ ਇਹਨਾਂ ਹਰ ਵੇਲੇ ਪਕਾਨਿਆਂ ਤੇ ਧਿਆਨ ਰਹਿੰਦਾ।
ਉਧਰ ਤਾਂ ਵੇਖ ਫਲਾ ਫਲਾ ਕੇ ਮੂੰਹ ਅੰਦਰ ਵੜ ਗਿਆ। ਆ ਚਾਹ ਦਿਲ ਬਾ कोई डीएसपी तेरे कोठे ते नहीं आएगा। तेरा मस्तू नाल वादा ही ਸਾਡਾ ਨੁਕਸਾਨ ਹੁੰਦਾ ਪਿਆ। ਕੱਲ ਇੱਕ ਤਮਾਸ਼ਬੀਨ ਆਇਆ, ਉਹਨੇ ਇੰਜ ਕਰਕੇ ਪੰਜਾਂ ਪੰਜਾਂ ਦੇ ਠੀਪੇ ਕੱਢੇ ਨੇ। ਉਹ ਨਸਰੀਨ ਨਹੀਂ ਤੇਰੇ ਤੋਂ ਛੋਟੀ ਤੇਰੀ ਬੋ ਨਾ ਦੋ ਕਬੂਤਰ ਮਰ ਗਏ ਨੇ। ਲਓ ਜੀ ਤੁਸੀਂ ਸਾਨੂੰ ਖੁਸ਼ ਕੀਤਾ। ਬਾਬਾ ਸੀ ਐਨ ਜੀ ਦੇ ਕਿਰਾਇਆ ਮਿਸਿੰਗ ਕਰ ਰਿਹਾ। ਛੱਡ ਦੇ ਤੂੰ ਕੰਜਰਾ, ਹੋਰ ਤੈਨੂੰ ਕੀ ਬਣਾ ਰਿਹਾ ਇਹਨੂੰ ਬਾਬਾ ਬਣਾ ਦੇ। ਬਾਬਾ ਨਹੀਂ ਇਹ ਕੰਜਰ ਏ, ਹੋਰ ਦੋ ਸਾਲ ਬਾਅਦ ਝੂਠਾ ਬਦਮਾਸ਼ ਬਣ ਜਾਣਾ ਇਹਨੇ ਤੇ ਅਗਲੇ ਸਾਲ ਮੈਂ ਤੇਰਾ ਬਾਬਾ ਜੀ ਆਏ ਮਨ ਲੱਗਦਾ ਬਾਬਾ ਬੜੀ ਕਰਨੀ ਵਾਲੇ ਨੇ। ਹਾਂ ਬੱਚਾ, ਬਾਬਾ ਜੀ ਮੇਰੀ ਸਿਟੀ ਕਿਦੋਂ ਸੁਪਰ ਹਿੱਟ ਹੋਏਗੀ? ਅੱਗੇ ਤੇਰਾ ਫਲੂਦਾ ਹਿੱਟ ਹੋਇਆ, ਆਏ ਅੱਗੇ ਮਰਨ ਵਾਲਾ ਸਾਨੂੰ ਕਰਦਾ ਬਾਬੇ ਵਾਲੋਂ। ਆ ਬਾਬਾ ਉਹ ਵੀ ਫਲੂਦਾ ਹੀ ਹੁੰਦਾ। ਆ ਬਾਬੇ ਦਾ ਚਮਚੀ ਆਪਣੀ ਪਾਣੀ ਪੈਂਦੀ। ਛੱਡ ਦੇ ਬੱਚੀ ਆਈ ਏ। ਹਾਂ ਬਾਬਾ ਜੀ ਮੈਨੂੰ ਚੱਕਰ ਕਿਉਂ ਆਉਂਦੇ ਨੇ? ਘਬਰਾਣਾ ਬੱਚਾ, ਇਹ ਜਿਹੜੇ ਲੋਕਾਂ ਨੂੰ ਦਿੱਤੇ ਵਾਪਸ ਆ ਰਹੇ ਨੇ। ਕਿਉਂ ਹੱਸਦੀ ਅੱਜ? ਕੋਈ ਵਾਕਫ ਆ ਗਈ ਅੱਜ? ਛੱਡ ਦੇ ਬੱਚਾ। ਬਾਬਾ ਜੀ ਹਾਂ ਮੇਰੀ ਇੰਨੇ ਦਿਨ ਹੋ ਗਏ, ਮੇਰੀ ਭੈਣ ਦਾ ਕਸਮ ਘਰ ਜਲਦੀ ਨਹੀਂ ਆਉਂਦਾ। ਛੱਡ ਦੇ ਬੱਚਾ, ਉਹ ਕੁੱਤਾ ਬਣਾ ਰਹੇ ਉਹਦਾ ਕੱਲਾ ਹੀ ਬੋਲੀ ਜਾਂਦਾ, ਮੈਂ ਪਿੱਛੇ ਵੀ ਸੁਣਨੇ ਆ, ਕੋਈ ਰੋਕਣ ਵਾਲਾ ਨਹੀਂ। ਬਸ ਤੇਰੇ ਅੱਗੇ ਬੰਦਾ ਨਹੀਂ ਆ ਰਿਹਾ ਤੇਰੀ ਭੈਣ ਦਾ, ਅਸੀਂ ਤੇਰੀ ਭੈਣ ਨੂੰ ਤਵੀਜ਼ ਦੇਵਾਂਗੇ। ਅਗਰ 7 ਵਜੇ ਬੰਦਾ ਆ ਗਿਆ ਤੇ ਠੀਕ ਆ, ਨਹੀਂ ਤੇ 9 ਵਜੇ ਬਾਬਾ ਆ ਪਹੁੰਚ ਜਾਏਗਾ। ਕੁਛ ਨਹੀਂ ਹੋਇਆ ਯਾਰ, ਆਪਣੇ ਘਰ ਜਾਂਦਾ ਨਹੀਂ ਸਾਡੇ ਆ ਲਾਉਂਦਾ। ਦੱਸ ਬੱਚਾ, ਹੋਰ ਦੱਸ, ਹੋਰ ਕੋਈ ਪਰੇਸ਼ਾਨੀ, ਕੋਈ ਮਸਲਾ, ਕੋਈ ਪ੍ਰੋਬਲਮ? ਬਾਬਾ ਜੀ ਮੈਂ ਟੋਕ ਲਾ ਦੀ ਹਰ ਬੰਨਾ ਚਾਹਨੀ ਆ ਬਾਬਰਾ ਸ਼ੀਫ ਨਾਲ ਵੀ ਵੱਧ ਕੇ। ਨਾ ਬਾਬਰਾ ਸ਼ੀਫ ਨਾ ਬਣੀ, ਕਿਉਂ? ਇਹਦੇ ਲਈ ਤੈਨੂੰ ਬੜੀ ਮੁਸ਼ਕਤ ਕਰਨੀ ਪੈਣੀ, ਬੜੀਆਂ ਖਜੂਰਾਂ ਖਾਣੀਆਂ ਪੈਣੀਆਂ ਜੀ, ਤਾਂ ਜਾ ਕੇ ਕਿਤੇ ਬਦਮਾਸ਼ ਹੁੰਦਾ। ਇਹ ਬਦਮਾਸ਼ ਤੇ ਵੇਲਾ ਐਡਾ ਮੂੰਹ ਆਵੇ, ਅਗਰ ਤੂੰ ਨਾ ਹੁੰਦਾ ਬੱਚਾ, ਤੇਰੇ 2 ਭਰਾ ਹੋਰ ਹੋਣੇ ਸੀ, ਸਾਰਾ ਮਟੀਰੀਅਲ ਖਾ ਗਏ। ਬਾਬਾ ਕਾਹਦਾ ਬਾਬਾ, ਤੇਰਾ ਅਜੇ ਸਿਰਫ ਮੂੰਹ ਤੇ ਧਿਆਨ ਪਿਆ। ਛੱਡ ਦੇ ਸਾਡੀਆਂ ਤਾਕਤਾਂ ਸਾਨੂੰ ਨਾ ਦੱਸ ਬੱਚਾ, ਅਸੀਂ ਤੈਨੂੰ ਕਿਤੇ ਵੇਖਿਆ ਹੀ? ਬਾਬਾ ਜੀ ਕਿੱਥੇ ਵੇਖਿਆ ਜੀ? ਕਮਰਾ ਨੰਬਰ ਨਹੀਂ ਯਾਦ ਆ ਰਿਹਾ। ਬਹੁਤ ਅੱਛੇ ਬਾਬਾ ਜੀ, ਯਾਦ ਆਇਆ ਤੁਹਾਡੀ ਭੈਣ ਦੇ ਨਾਲ ਵਾਲਾ। ਅੱਛਾ ਅੱਛਾ, ਜਦੋਂ ਹੱਜ ਤਾਂ ਗਈਆਂ ਸੋ? ਤੇਰਾ ਹੱਜ ਨਾਲ ਕੀ ਤਲਕ ਹੈ ਪੀਟਰ ਜਾਨਸਨ?
ਮਰ ਗਿਆ ਸੀ ਕੁੜੀ ਨੂੰ ਸਮਝ ਆਈ ਦਮ ਕਰ ਕੁੜੀ ਨੂੰ ਦਮ ਕਰਨੇ ਆ ਬਾਬਾ ਦਮ ਕਰਨਾ ਕਾ ਹੋਵੇ ਚੋਪੜਿਆ ਤੇ ਰੋਟੀ ਸੜੇ ਕਿਉਂ ਹਾਂ ਹਾਂ ਨਾ ਹੋਵੇ ਨੇਕ ਤੇ ਸੱਸ ਲੜੇ ਕਿਉਂ ਪਹਿਣਾ ਹੁਣ ਚੰਗੀਆਂ ਤੇ ਰਕਸ਼ੇ ਵਾਲਾ ਖੜੇ ਕਿਉਂ ਕਾਗਜ਼ ਹੁਣ ਪੂਰੇ ਤੇ ਪੁਲਿਸ ਵਾਲਾ ਫੜੇ ਕਿਉਂ ਇੰਨਾ ਗੁੱਸਾ ਕਰਨਾ ਤੇ ਬੰਦਾ ਪੈਸੇ ਫੜੇ ਕਿਉਂ ਇਹ ਗੱਲ ਕਰੇ ਦੇਣ ਚ ਵੜੇ ਕਿਉਂ ਜਿੱਤੀ ਨਾ ਜਾ ਜੀਆ ਜੀ ਸਤਿ ਸ੍ਰੀ ਅਕਾਲ ਨੂੰ ਖੁਸ਼ ਕੀਤੇ ਤੇ ਸੋਹਣਿਆ ਮੈਂ ਤਨ ਖੁਸ਼ ਕਰਕੇ ਜਾਵਾਂ ਆ ਮੁਜਾਹਿਦੋ ਆਓ ਜੀ ਆ ਕੋਈ ਰੈਡੀ ਹੋ ਗਏ ਹੋ ਹਾਂ ਬਿਲਕੁਲ ਨਾ ਧੋ ਲਿਆ ਜੀ ਬਿਲਕੁਲ ਸਵੇਰ ਸਵੇਰ ਕੰਮ ਦਾ ਟਾਈਮ ਹੈ ਤੇ ਕੋਈ ਅਸੀਂ ਸ਼ੌਕੀ ਨਾ ਕਰਨਾ ਭਾਜੀ ਇਹ ਨਗਰੂ ਕੰਜਰ ਇਹਦਾ ਸਿਰ ਤੋਂ ਮਾੜਾ ਕਿਉਂ ਹੈ ਫੇਰ ਪਤਾ ਨਹੀਂ ਕਿਹੜੇ ਕੰਜਰ ਦਾ ਖੌਫ ਹੈ ਅੱਬਾ ਜਾ ਇੱਥੇ ਮੇਰੇ ਉਮਰਾ ਸੀ ਉਹ ਮੁਜਾਹਿਦੋ ਹਾਂਜੀ ਸਵੇਰ ਸਵੇਰ ਕੋ ਰਿਆਜ਼ ਪਾਣੀ ਕਰ ਲਓ ਓਏ ਇੱਥੇ ਤਮਾਸ਼ਬੀਨ ਕਿੱਥੋਂ ਆਉਣਾ ਵਾ ਹਾਏ ਕਾਹਦਾ ਰਿਆਜ਼ ਪਾਣੀ ਕਰੀ ਜਾ ਸਾਡੇ ਕੋਠੇ ਦੇ ਨਾਲ ਕੰਪੀਟੀਸ਼ਨ ਹੋ ਗਿਆ ਕਿਹਦਾ ਸਾਹਮਣੇ ਨਹੀਂ ਸ਼ਰੀਫਾ ਨਾ ਕੱਟੀ ਆਹੋ ਉਹ ਤਮਾਸ਼ਬੀਨਾਂ ਨੂੰ ਨਾਲ ਰਹਿਤਾ ਵੀ ਦਿੰਦੀ ਹੈ ਓਏ ਕੋਠਾ ਨਸ਼ਾ ਹੋਟਲ ਹੈ ਯਾਰੋ ਦੀ ਇੱਕ ਕੁੜੀ ਨੇ ਚਾਰ ਕੁੰਡੇ ਦਹੀਂ ਦੇ ਲੱਗਦੇ ਨੇ ਅੱਛਾ ਅੱਛਾ ਹਾਂ ਐ ਮਰੇ ਨਾਂ ਯਾਦ ਕਰਾ ਸਾਨੂੰ ਲਈਤੇ ਹਾਏ ਮਰਾਸੀ ਹੋ ਕੇ ਚਿੱਟਾ ਸੂਟ ਪਾਇਆ ਓ ਤੈਨੂੰ ਫਰਿਸ਼ਤਿਆਂ ਕੋ ਡਰ ਨਹੀਂ ਲੱਗਦਾ ਓਏ ਨਾ ਮਰਾਦਾ ਨਾ ਜਾਂਦਾ ਸਾਨੂੰ ਰਹਿਤੇ ਯਾਦ ਕਰਾਉਣ ਦੇ ਜਿਹਨਾਂ ਨਾਲ ਹੋ ਗਏ ਕਲਮੇ ਦੀ ਕਸਮ ਬੋਟੀ ਨਹੀਂ ਖਾਦੀ ਗੋਸ਼ਤ ਖਾਣਾ ਹੀ ਗੋਸ਼ਤ ਗੋਸ਼ਤ ਐ ਦੇਗਾ ਲਾਉਣੀ ਆ ਗੋਸ਼ਤ ਦੀ ਜਿੱਦਣ ਤੂੰ ਮਰਿਆ ਹਰ ਵੇਲੇ ਨੂੰ ਗੋਸ਼ਤ ਦੀ ਪਈ ਓਏ ਸ਼ਗਿਰਦਾ ਮੇਰਾ ਨਸ਼ਾ ਬਾਡ ਫਲੂ ਫੈਲ ਗਿਆ ਨਾ ਮੁਰਗਾ ਨਹੀਂ ਖਾਣਾ ਅੱਜ ਤਮਾਸ਼ਬੀਨ ਨਾਲ ਬੁਲਾ ਤਮਾਸ਼ਬੀਨ ਹੋ ਜਾਂਦਾ ਬਾਡ ਬੁੱਡ ਖਤਮ ਹੋ ਜਾਂਦੀ ਰਿਆਜ਼ ਪਾਣੀ ਕਰ ਲਓ ਸੁਬਾ ਸੁਬਾ ਇਮਤਿਆਜ਼ ਪਾਣੀ ਵੀ ਕੀਤਾ ਤੇ ਕੁਝ ਨਹੀਂ ਹੋਇਆ ਹਾਏ ਹਾਏ ਕਦੇ ਕੁਝ ਗਾਇਆ ਵੀ ਜੇ ਕਿ ਕੋਈ ਨਹੀਂ ਇਹ ਤੁਸੀਂ ਇਹ ਦੱਸੋ ਨਜ਼ਰੂ ਸਾਹਿਬ ਤੁਹਾਨੂੰ ਕਈ ਢੋਲੇ ਮਾਹੀਏ ਆਉਂਦੇ ਨੇ ਮੈਨੂੰ ਸਾਹ ਖਰੇ ਕਿਵੇਂ ਆਉਂਦਾ ਪਿਆ ਐ ਤੁਸੀਂ ਮੇਰੇ ਉਸਤਾਦ ਨੂੰ ਵੀ ਸੀ ਲੈ ਰਹੇ ਹੋ ਮੇਰੇ ਉਸਤਾਦ ਦੀਆਂ 5 ਕੈਸਟਾਂ ਰਿਲੀਜ਼ ਹੋਈਆਂ ਲੋਕੀ ਹੱਥਾਂ ਚ ਖੋ ਕੇ ਲੈ ਗਏ ਹੋ ਕਿਉਂ ਇਹਨਾਂ ਨੇ ਤਾਂ ਕੁਝ ਹੋਰ ਭਰਾਵਾਂਗੇ ਲੈ ਮੌਲਾ ਲੈ ਅੱਛਾ ਮੇਰੀਆਂ 4 ਨਵੀਆਂ ਕੈਸਟਾਂ ਨਿਕਲੀਆਂ ਨੇ ਅੱਛਾ ਜੀ ਤਾਂ ਮੈਨੂੰ ਤੇਰੇ ਤੇ ਸ਼ੱਕ ਹੈ ਆ ਪੇਟੀ ਜੋ ਨਿਕਲੀਆਂ ਨੇ ਯਾਰ ਹਾਏ ਗਾਣੇ ਵਾਲੀਆਂ ਕੈਸਟਾਂ ਦੀ ਗੱਲ ਹੁੰਦੀ ਹੈ ਲੈ ਅੱਛਾ ਹਾਏ ਹਾਏ ਉਹ ਪੁੱਤਰ ਹੁਣ ਗਾਣਾ ਵਜਾਉਣਾ ਤੇ ਰਿਹਾ ਹੀ ਨਹੀਂ ਹਾਂ ਜੀ ਨਾ ਉਹ ਗਾਉਣ ਵਾਲੇ ਰਹੇ ਨਾ ਉਹ ਸੁਣਨ ਵਾਲੇ ਜੀ ਜੀ ਹੁਣ ਤਾਂ ਨਵੇਂ ਗੁਰੂਕਾਰ ਹਸਪਤਾਲ ਬਣਾਏ ਜਾਂਦੇ ਨੇ ਆ ਪੁਰਾਣੇ ਵਿੱਚ ਦਾਖਲ ਹੋਈ ਜਾਂਦੇ ਨੇ ਤੈਨੂੰ ਫਿਰ ਚੰਗੀ ਗੱਲ ਨਹੀਂ ਆਉਂਦੀ ਆ ਨਸ਼ਾ ਓਏ ਹੁਣ ਬੜਾ ਦੌਰ ਚੇਂਜ ਹੋ ਗਿਆ ਕਿਸ ਤਰ੍ਹਾਂ ਹੁਣ ਤੇ ਨਾ ਉਹ ਤਮਾਸ਼ ਪੀਂ ਰਹਿ ਨਾ ਉਹ ਕੋਠੇ ਰਹਿ ਨਾ ਉਹ ਗੋਡੇ ਰਹਿ ਪਹਿਲੇ ਤਮਾਸ਼ ਪੀਂਦੇ ਆਉਣਾ ਕੋ ਸੇਬਾਂ ਦੀ ਪੇਟੀ ਲਈ ਆਉਣੀ ਅੱਛਾ ਇੱਕ ਬੋਤਲਾਂ ਨਾਲ ਡਾਲਾ ਹਾਂ ਬਿਲਕੁਲ ਹੁਣ ਤਾਂ ਇੱਥੇ ਆ ਕੇ ਕਹਿੰਦੇ ਨਜ਼ਰੋਂ ਇੱਕ ਸਿਗਰਟ ਤੇ ਦੇਵੇ ਨਾ ਦੱਸ ਕੀ ਕਰੀਏ ਹਾਂ ਉਸਤਾਦ ਜੀ ਕੋਈ ਸੁਣਾਓ ਅੱਲਾ ਦਾ ਸ਼ੁਕਰ ਤੂੰ ਸੁਣਾ ਬਾਜੋ ਮੈਂ ਤੂੰ ਗਾਣਾ ਗੁਣਾ ਗਿਆ ਤੈਨੂੰ ਢੋਲੇ ਮਾਈਏ ਕਹਿ ਨਹੀਂ ਗੱਲ ਦੁਨੀਆ ਤੇ ਆਮ ਹੋ ਗਈ ਜਿਵੇਂ ਤੂੰ ਮਰੇ ਗੱਲ ਦੁਨੀਆ ਤੇ ਆਮ ਹੋ ਗਈ ਉਹਨੂੰ ਹੱਸਦੇ ਆ ਦੇ ਚੜ ਗਏ ਸਾਨੂੰ ਰੋਂਦੇ ਆ ਸ਼ਾਮ ਹੋ ਗਈ ਤੇਰੇ ਪਿਆਰ ਦੀ ਠੱਗੀ ਹੋਈ ਸਾਂ ਤੇਰੇ ਪਿਆਰ ਦੀ ਠੱਗੀ ਹੋਈ ਸਾਂ ਖੇੜਿਆਂ ਦੇ ਕਿਵੇਂ ਵਸਦੀ ਤੇਰੀ ਵੰਜਲੀ ਤੇ ਲੱਗੀ ਹੋਈ ਸਾਂ ਸ਼ਰਾਬ ਦਾ ਪੈਕ ਹੋਵੇ ਪੀ ਕੇ ਬੰਦਾ ਪੁੱਤੀ ਹੋ ਜਾਏ ਸ਼ਰਾਬ ਦਾ ਪੈਕ ਹੋਵੇ ਤੇ ਬੰਦਾ ਉਹਦੀ ਇੱਜ਼ਤ ਕਰੇ ਜਿਹੜਾ ਇੱਜ਼ਤ ਦੇ ਲਾਇਕ ਹੋਵੇ ਬਹਿ ਹੋ ਕੇ ਖੜੋ ਫਿਰ ਤੂੰ ਤੇ ਕੰਜੇ ਰੇ ਲਾਲ ਗੁਲਾਬ ਹੋਵੇ ਲਾਲ ਗੁਲਾਬ ਹੋਵੇ ਬਗੈਰ ਤਾਂ ਲਾਲ ਹੀ ਹੁੰਦਾ ਏ ਪਿਆਰ ਚ ਰੁਲ ਵੈਂਦਾ ਏ ਭਾਵੇਂ ਕਿਤਣਾ ਨਵਾਬ ਹੋਵੇ ਖਾਰੇ ਪਾਣੀ ਕਰੇ ਪਾਣੀ ਸਮੁੰਦਰਾ ਦੇ ਵਾ 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 ਤੇ ਸੇਤ ਸਾਡੀ ਕੀ ਬਣਣੀ ਹੱਥ ਚੜ ਗਿਆ ਕੰਜਰਾ ਯਾਰ ਮੈਂ ਸ਼ੁਗਲ ਕੀਤਾ ਯਾਰ ਤੁਸੀਂ ਸ਼ੁਗਲ ਦੇ ਵਿੱਚ ਮਰੇ ਤੇ ਸਾਡੀ ਸਾਥ ਹੈ ਕੈਸਾ ਕੈਸਾ ਮਲਟੀਪਰਪਸ ਕੰਜਰ ਹੈ ਬਰਾਸੀਆਂ ਨੇ ਟੋਪੀਆਂ ਇੰਜ ਲਈਆਂ ਜਿਵੇਂ ਕੱਲ ਇਹਨਾਂ ਦੀਆਂ ਧੌਣਾ ਲੈਣੀਆਂ ਇਹ ਤਾਂ ਟੋਪੀ ਦੇ ਥੱਲੇ ਵੀ ਇੱਕ ਟੋਪੀ ਲਕਾਈ ਹੋਈ ਹੈ ਹਾਏ ਇੱਧਰ ਤਾਂ ਵੇਖ ਮੇਰੇ ਉਸਤਾਦ ਨੂੰ ਹਾਏ ਇਸ ਤਾਂ ਮੇਰਾ ਕੰਮ ਕੰਜਰਾ ਵਾਲੇ ਕਟਿੰਗ ਮਸ਼ੀਨ ਵਾਲੀ ਕਹਿ ਜੋ ਖਾਨ ਸਾਹਿਬ ਹਾਂਜੀ ਖਾਨ ਸਾਹਿਬ ਦੀਆਂ ਕਲਮਾਂ ਵੇਖ ਲਓ ਵੇਖ ਲਓ ਲੱਗਦਾ ਘੰਟੇ ਬੰਦਾ ਲੱਤਾਂ ਲਮਕਾ ਕੇ ਬੈਠਾ ਹੋਇਆ ਉਹ ਜਾ ਨਸ਼ਾ ਸਵੇਰੇ ਸਵੇਰੇ ਸਾਡਾ ਹੀ ਪਾੜਾ ਪੜਨਾ ਹੀ ਹਾਏ ਹਾਏ ਉਹ ਮੈਂ ਕਿਹਾ ਜਿਹੜੀ ਬੁਲਬੁਲ ਲਿਆਂਦੀ ਨਵੀਂ ਉਹ ਕਿਤੇ ਉਹ ਰਾਤ ਦੀ ਉੜ ਗਈ ਨਹੀਂ ਨਹੀਂ ਗਵਾਂਡੀਆਂ ਵਾਲੀ ਬਿੱਠਾ ਵੀ ਕਰਦੀ ਹੈ ਹਾਏ ਉਹ ਨਹੀਂ ਨੱਚਣ ਵਾਲੀ ਜਿਹੜੀ ਨਵੀਂ ਲਿਆਂਦੀ ਹੈ ਅੱਛਾ ਅੱਛਾ ਓਏ ਉਹ ਕਹਿੰਦੀ ਮੈਂ ਨਹੀਂ ਨੱਚਣਾ ਵਧੀਆ ਜੁਰਤ ਅਸੀਂ ਪੈਸੇ ਭਰੇ ਹੋਏ ਨੇ ਬਾ ਇੱਥੇ ਇਸ ਕਮਰੇ 'ਚ ਕਮਰਿਆਂ ਦਾ ਤੈਨੂੰ ਹੀ ਪਤਾ ਹੈ ਨਹੀਂ ਨਿਕਲ ਇੱਥੇ ਆਵੇਂ ਨਾ ਇੱਥੇ ਆ ਇੱਥੇ ਆ ਨਹੀਂ ਮੈਂ ਨਹੀਂ ਨੱਚਾਂਗੀ ਕਰਾਂ ਮੈਂ ਨਹੀਂ ਨੱਚਾਂਗੀ
करो आ जा मियां ते नचना नहीं आंदा नहीं मैं नहीं नचानी नहीं क्यों नहीं नचना तेरा गिटा घर रह गया मैं नहीं नचानी मैं क्या है ना नहीं तेनू नचना पैना तेरे भरा ने मेरे को 10 रुपए ले ने मरे तू मेरी चावल दा ऑर्डर दित्ता होया मैं नहीं नचानी नचना पैना तेनू नहीं मैं नहीं नचानी ਇੱਥੇ ਨੱਚਣਾ ਪੈਂਦਾ ਹੈ ਮੈਨੂੰ ਐ ਦੱਸੋ ਇਹ ਕਿਹੜੀ ਥਾਂ ਹੈ ਇਹ ਉਹ ਥਾਂ ਜਿਹੜੀ ਮਾਂ ਦੀ ਨੂੰ ਕਹਿੰਦੀ ਦੀਏ ਕਿਤੇ ਥਾਂ ਤਾਂ ਸੱਟ ਨਾ ਲਵਾ ਲੈ ਸਾਰੇ ਪਤਾ ਹੀ ਨਹੀਂ ਕਿਹੜੀ ਥਾਂ ਉਹ ਨਸ਼ਾ ਵੀ ਨਚਾਉਣਾ ਤੇ ਰੋਜ਼ੀ ਦੇ ਓਏ ਕਿਉਂ ਦੁਸ਼ਮਣ ਹੈ ਸਾਡੀ ਰੋਜ਼ੀ ਦਾ ਹੱਥ ਪਾ ਕੋ ਜੀ ਮੈਂ ਨਹੀਂ ਨਚਾਂਗੀ ਐ ਨੱਚਣਾ ਪਾਉਣਾ ਤੈਨੂੰ ਮੈਨੂੰ ਐ ਦੱਸੋ ਐ ਲੋ ਕੌਣ ਨੇ ਇਹ ਇਹ ਮੇਰੇ ਕਾਰੀਗਰ ਨੇ ਉਹ ਮੇਰਾ ਆਰਗੇਨਾਈਜ਼ਰ ਹੈ ਆਏ ਮੇਰਾ ਚੁਕਨਾਈਜ਼ਰ ਹੈ ਆ ਜਿਹੜਾ ਥੱਲੋਂ ਪੈਸੇ ਚੁੱਕਦਾ ਉਹਨੂੰ ਚੁਕਨਾਈਜ਼ਰ ਕਹਿੰਦਾ ਪਿੱਛੇ ਪਿੱਛੇ ਹੋ ਜਾਓ ਹੈ ਤੁਸੀਂ ਕੰਜਰ ਹੋ ਨਾ ਤੇ ਹੋਰ ਮੈਂ ਅਲਫਲਾ ਬੈਂਕ 'ਚ ਮੈਨੇਜਰ ਲੱਗਾ ਹੋਣਾ ਉਹ ਤੈਨੂੰ ਪਤਾ ਇੱਥੇ ਕੀ ਬਣਦਾ ਹੈ ਨਹੀਂ ਇੱਥੇ ਜਾਣ ਤੇ ਬਣਦੀ ਹੈ ਥੋੜਾ ਜਿਹਾ ਨੱਚ ਲਾ ਨਹੀਂ ਮੈਂ ਨਹੀਂ ਨੱਚਾਂਗੀ ਮੈਂ ਥੋੜਾ ਜਿਹਾ ਨਹੀਂ ਚੱਲ ਮਿਸ ਕਾਲ ਮਾਰ ਦੇ ਨਚਾਉਣਾ ਕੁੜੀ ਨੂੰ ਨਹੀਂ ਆਂਦਾ ਮਿਸ ਕਾਲ ਮਾਰ ਦੇ ਅਗਲੀ ਦੀ ਸਿਮ ਬੰਦ ਦੇ ਆਏ ਮੇਰੀ ਗੱਲ ਨਹੀਂ ਨੱਚਣਾ ਨਹੀਂ ਮੈਂ ਤੈਨੂੰ ਪਿਆਰ ਦੀ ਜ਼ਬਾਨ ਸਮਝਾਉਣਾ ਪਿਆ ਤੂੰ ਹੁਣੇ ਨੱਚ ਸੇ ਸ਼ੇਰ ਖਾਂ ਓ ਸ਼ੇਰੂ ਆ ਕਾਦਾ ਸ਼ੇਰ ਖਾਂ ਤੂੰ ਕੰਜਰ ਦੇ ਬੁਲਾਉਣ ਤੇ ਆ ਜਾਂਦਾ ਪਰ ਤਫਾ ਜਾ ਇਹ ਸਾਡੇ ਕੋਠੇ ਦਾ ਜਲਾ ਦੇ ਜਿਹੜੀ ਬਾਈ ਨਹੀਂ ਨੱਚਦੀ ਉਹਦੇ ਖੁੰਗਰੂ ਖਾ ਜਾਂਦਾ ਹੈ ਤੂੰ ਨਹੀਂ ਨੱਚਣਾ ਇਹਨੇ ਤੇ ਸੱਚੀ ਬੈਣ ਨੂੰ ਚਾਹ ਛੱਡੀ ਹੈ ਅਜੇ ਵੀ ਵੇਲਾ ਹੀ ਨੱਚ ਪਾਓ ਨਹੀਂ ਮੈਂ ਨਹੀਂ ਨੱਚਾਂਗੀ ਤੈਨੂੰ ਇਹਦਾ ਪਤਾ ਨਹੀਂ ਇਹ ਸਾਊਦੀ ਅਰਬ ਤੌਣਾ ਲਾਉਂਦਾ ਹੀ ਹੁਣ ਇੱਥੇ ਬਜਰੀ ਵਾਲੇ ਟਰੱਕ ਲਾਉਂਦਾ ਹੀ ਰੋਪ ਪਾਉਣਾ ਨਸ਼ਾ ਰੋਪ ਪਾਉਣਾ ਕੁੜੀ ਦੀ ਉਹੀ ਗੱਲ ਕਰਦਾ ਪਿਆ ਨੱਚ ਪਾਓ ਨਹੀਂ ਸ਼ੇਰ ਖਾਂ ਯੈਸ ਹੁਕਮ ਦੋ ਚਾਵਾ ਲੈ ਕੇ ਨਾ ਇੱਕ ਆ ਪੀ ਦੇ ਕਈ ਨੂੰ ਪਿਆ 10 ਮਿੰਟ ਬਾਅਦ ਇਹਨੂੰ ਨੱਚਣਾ ਚਾਹੀਦਾ ਐਦਾ ਪਿਓ ਵੀ ਨੱਚੇਗਾ ਕਿਉਂ ਵੀ ਤੂੰ ਨੱਚੇਗਾ ਨਹੀਂ ਤੇਰੀ ਬੱਚੀ ਦੇ 10 ਮਿੰਟ ਦੀ ਗੱਲ ਕਰਨਾ ਮੈਂ ਦਿੱਤੀ 2 ਮਿੰਟਾਂ 'ਚ ਜਾ ਛੱਡੀ ਸੀ ਚਲੋ ਲੈ ਜਾ ਇਹਨੂੰ ਚੱਲ ਅੰਦਰ ਜਾ ਕੇ ਸੋਲੋ ਐਂਟਰੀ ਕਰੋ ਅੱਛਾ ਉਸ ਵਾਰ ਗਾਣੇ ਦੀ ਤਿਆਰੀ ਕਰੋ ਓਕੇ ਬੈਠੋ ਆ ਮੇਰੀ ਗੱਲ ਸੁਣੋ ਇੱਥੇ ਜੱਜੀ ਬਾਦਲ ਨੇ ਆਉਣਾ ਉਹ ਕਿਉਂ ਨਹੀਂ ਆਇਆ ਆ ਕੰਜਰਸਤਾਨ ਆ ਆਈ ਕੁੜੀ ਵਾਲੀ ਗੱਡੀ ਓਏ ਕਿਹੜੀ ਬਗਾਣਾ ਆ ਮਜ਼ਰੂ ਦਿਨ ਬਾਅਦ ਬਾਰ ਬੁਲਾਇਆ ਆ ਜਾਂਦੀ ਹੈ ਸਾਹ ਤਾਂ ਲੈ ਲਓ ਸਾਹ ਅਸੀਂ ਦੌੜਦੇ ਆਏ ਆ ਜਨਾਬ ਬੈਠੋ ਆ ਦਾਦਾ ਆਪਣਾ ਗਾਰੇ ਬੈਠੋ ਸਾਡਾ ਗੱਲ ਕਰ ਓਏ ਬਗਾਣਦੇ ਆ ਬੱਦੇ ਆ ਜੂ ਗਏ ਯਾਰ ਬੜਾ ਦਿਲ ਬਾਨੂ ਮੈਂ ਤੇ ਉਸਤਾਦ ਦੇ ਮੋਹਤਰਮ ਹਾਂਜੀ ਇਹ ਭਾਈ ਸਾਹਿਬ ਕੰਮ ਨੇ ਇਹਨੇ ਬਾਹਰ ਪੰਗੂੜੇ ਲਾਏ ਨੇ ਅਸੀਂ ਪੰਗੂੜੇ ਲਾਏ ਨੇ ਇਹ ਤਾਂ ਮੂੰਹ ਵੇਖ ਛੱਡ ਦੇ ਓ ਮਰਾ ਸੀ ਤੂੰ ਬਦਮਾਸ਼ ਚਵੜਾ ਕਿਉਂ ਮਾਰਦਾ ਯਾਰ ਤੁਹਾਡਾ ਮੂੰਹ ਤੇ ਵੇਖ ਜਿਵੇਂ ਚੂਹਾ ਕਰਾਉਣ ਵਾਲਾ ਖੜਾ ਹੁੰਦਾ ਸਾਡਾ ਮੂੰਹ ਇਹ ਤਾਂ ਮੂੰਹ ਵੇਖ ਛੱਡ ਦੇ ਓ ਮਰਾ ਸੀ ਤੂੰ ਬਦਮਾਸ਼ ਕੀ ਹੋਇਆ ਤੇ ਓਏ ਨਾ ਕਰੋ ਚੁੱਕ ਰੱਖ ਓਏ ਓ ਲੋਕਾਂ ਨੇ ਇਹੋ ਜਿਹੇ ਡੰਗਰ ਬਦਲ ਲਏ ਤੂੰ ਅਜੇ ਪਹਿਲਵਾਨ ਨਹੀਂ ਬਦਲਿਆ ਓਏ ਓਏ ਨਾੜੂ ਤੇ ਸਾਲੇ ਮੈਂ ਕਿਹਾ ਭੁਆਣ ਮੈਂ ਕਿਹਾ ਵੇ ਭੁਆਣ ਵੇਖ ਲੈ ਜਿਹਨੇ ਪਿੱਛ ਪੀਣ ਨਾਲ ਖੋਤਾ ਹੁੰਦਾ ਮੈਂ ਪਿੱਛ ਪੀਣਾ ਇਹਦਾ ਮੂੰਹ ਵੇਖ ਯਾਰ ਮਰਾਸੀ ਮੈਂ ਵੀ ਮਰਾਸੀ ਹਾਂ ਉੱਤੇ ਜਾ ਕੇ ਪਤਾ ਕਰਨਾ ਸਾਲਿਆ ਹਰ ਕੰਮ 'ਚ ਮਰਾਸੀ ਮਰਾਸੀ ਸਾਡੀ ਬੀਸੀ ਕੜਾਈ ਜਾਣ ਦੇ ਆ ਬਦਮਾਸ਼ ਆਦਮੀ ਹਿਆ ਕਰੋ ਬਦਮਾਸ਼ੀ ਐਵੇਂ ਨਹੀਂ ਹੁੰਦੀ ਮੂੰਹ ਕਾਲੇ ਹੋ ਜਾਂਦੇ ਨੇ ਯਾਰ ਇਸ ਗੱਲ ਦਾ ਕਾਹਦਾ ਗੁੱਸਾ ਪਹਿਲੇ ਤੇਰੀ ਕਿਹੜੀ ਪਾਊਡਰ ਦੇ ਡੱਬੇ ਤੇ ਫੋਟੋ ਆਉਂਦੀ ਹੈ ਪਰਮਾਤਮਾ ਨੇ ਬਿਸਤੀ ਹਾਂ ਬਾਹਰ ਕੱਢਿਆ ਖਬਰਕਾਰ ਆ ਭਾਈ ਜੀ ਕੀ ਯੂ ਤੁਸੀਂ ਮੈਨੂੰ ਆਪਣੇ ਨਾਂ ਦੀ ਇੱਕ ਚਿੱਟ ਬਣਾ ਦਿਓ ਹਾਏ ਕੀ ਕਰ ਲਿਆ ਨਜ਼ਰੂ ਯਾਰ ਬਾਥਰੂਮ ਵਾਲਾ ਘੜੀ ਘੜੀ ਪੈਸੇ ਮੰਗਦਾ ਬਦਮਾਸ਼ ਨੇ ਉਹ ਮੈਨੂੰ ਪਤਾ ਇਹਨੇ ਕੈਨ ਚੋਪਣਾ ਹਾਂ ਹਾਲੇ ਫੜੋ 100 ਰੁਪਿਆ ਕਿਹੜਾ ਓਏ ਜਨਾਬ ਪਾਟਾ ਹੋਇਆ ਤੇ ਬੱਚੀਆਂ ਦੀ ਕੀ ਗਾਰੰਟੀ ਹੈ ਸਹੀ ਗੱਲ ਹੈ ਸ਼ਹਜ਼ਾਦੇ ਜਿਹੜੀਆਂ ਦੌੜ ਗਈਆਂ ਉਹਨਾਂ ਦੀ ਕੀ ਗਾਰੰਟੀ ਹੈ ਉਹ ਬੈਠੋ ਜਨਾਬ ਆ ਬਲਾ ਬਲਾ ਦਿਲਬਨ ਬਲਾ ਆ ਜਾਓ ਦਿਲਬਨ ਬਲਾ ਯਾਰ ਆ ਦਿਲਬਾ ਆ ਤੁਹਾਡਾ ਵੱਡਾ ਮਾਮੂ ਹੀ ਦੇਣ ਲਈ ਆਇਆ ਓਏ ਸਾਨੂੰ ਵੀ ਮਰਵਾਉਣਾ ਯਾਰ ਵੇਖੀਆਂ ਮੇਰੀ ਬੱਚੀ ਦੀਆਂ ਧੁੰਮਾਂ ਹਰ ਬੰਦਾ ਇਹਦਾ ਨੰਬਰ ਮੰਗਦਾ ਮੈਂ ਥਾਣੇ ਤੋਂ ਦੇਈ ਜਾਂਦਾ ਆ ਦਿਲਬਾ ਅੱਜ ਤੋਂ ਬਾਅਦ ਤੇਰੇ ਕੋਠੇ ਤੇ ਹੋਰ ਤਮਾਸ਼ ਵੀ ਨਾ ਆਇਆ ਮੈਂ ਤੇਰੇ ਕੋਠੇ ਨੂੰ ਅੱਗ ਲਾ ਦੇਵਾਂਗਾ ਆ ਮੀਆਂ ਇੱਥੇ ਲੋਕੀ ਅੱਗ ਬੁਝਾਉਣ ਆਉਂਦੇ ਲਾਉਣ ਨਹੀਂ ਸਾਲਿਆ ਤੂੰ ਇੱਥੇ ਤਵਾਇਫਾਂ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਕੀਤੀਆਂ ਤੇ ਜਾਜੀਆ ਤੇ ਮੈਂ ਵੀ ਇਹੋ ਚਾਹਨੀ ਆ ਕਿ ਤੇਰੀ ਦੀਵਾਰ ਕੋਠੇ ਤੇ ਦੂਸਰਾ ਬੰਦਾ ਨਾ ਆਏ ਆ ਜਾ ਤੈਨੂੰ ਕਹਿ ਦਿੱਤਾ ਹੀ ਅੱਜ ਤੋਂ ਬਾਅਦ ਤੇਰੇ ਕੋਠੇ ਤੇ ਕੋਈ ਨਹੀਂ ਆਏਗਾ ਬਸ ਡਿਪਟੀ ਸ਼ਬਾਜ਼ ਇੱਥੇ ਨਾ ਆਵੇ ਆ ਬੜੇ ਵੇਖੇ ਡਿਪਟੀ ਸ਼ਬਾਜ਼ ਹੈ ਉਹ ਆ ਗਏ ਕੌਣ ਹੈ ਮੁਰਦੇ ਰੁਬਾ ਸਾਡੀ ਜਾਨ ਸਾਡੀ ਜ਼ਿੰਦਗੀ ਸਾਰਾ ਸਭ ਕੁਝ
مر دل ربا تو سادا بان نہ بان دل پر ہے گال صفا اسا تیرے ہیں دے گوڑے نال تو جا ساکو بھاوے دور بلا اسا تیرے ہیں سارے دوے ہاتھ تینی اکھی تے جئی قسم چوا اسا تیرے ہیں رکھ آپ غلامی وچ شاکر بھاوے وچ وٹا اسا تیرے ہیں بیدید سجن دی یاری کن ایمیں سن ہووے تا ٹھیکے بیدید کڑھائی بھی ڈوک سک وچ نہ تھی سیا مول شریکے منگو وعدہ ملن دا بھول چکتے نت دے سیا غلط طریقے کتا پال کے شاکر کھیر کھوا بیدید کنو تا ٹھیکے آہ نہیں گھل تیری بھی ٹھیکے آہ سکتے آہ کتا پال کے شاکر مفرل بنا گیا پیتر آئے کی ہے سالے آپ کا دا کنجلے تمہیں کی ہویا ایتھے رکھیا کر ماں ایڈا بیو کوف نہیں ماں چار انگڑا آگے کنجر آ بغیرت کنجر بھی ہے تو سچا بھی ہے ارے اچھی اچھی والے کنجر بند ہو گئے دل ربا میری جان میری زندگی میرا سب کچھ دل ربا چاچی دیے تے مرد تب تک چاچی دی رہے گی دل ربا میری گل تے سن یہ ایسپی اپنی بکواس بند کر میں تیرے منہ نہیں لگنا چاہتا دل ربا میری گل تے سن دل ربا میاں اور آ جا گھریلو گھارے ہٹ جا میرے پترا اوے جگیا مرمانو اپنا پترا آکے
ਮੇਰੀ ਮਾਂ ਤੇ ਇਲਜ਼ਾਮ ਨਾ ਲਾ ਨਹੀਂ ਤਾਂ ਗੋਲੀ ਮਾਰ ਦੇਸਾ ਗੋਲੀ ਸਾਨੂੰ ਗੋਲੀਆਂ ਸ਼ੋਲੀਆਂ ਤੋਂ ਨਾ ਡਰਾ ਤਾ ਜਾ ਜਾ ਕੇ ਸ਼ੁਕਰਾਨੇ ਦੇ ਨਫਲ ਅਦਾ ਕਰ ਕਿ ਜੱਗਾ ਤੇਰੇ ਸਾਹਮਣੇ ਉਦੋਂ ਆਇਆ ਜਦੋਂ ਜੱਗਾ ਮਰ ਗਿਆ ਆ ਜਾ ਨਹੀਂ ਵੇਲੇ ਸਾਹਿਬ ਚਾਚੀ ਦੇ ਪਿਆਰ ਦੀ ਰਾਹ ਵਿੱਚੋਂ ਹਟ ਜਾ ਜੇ ਜੱਗਾ ਮੁੜ ਕੇ ਜੱਗਾ ਬਣ ਗਿਆ ਤੇ ਮੈਨੂੰ ਕਸਮ ਹੀ ਪੁੱਤਰ ਦੀ ਤੂੰ ਇਹੋ ਜਿਹੀਆਂ ਕਈ ਦਿਲ ਰੁਬਾ ਲਿਆ ਕੇ ਮੇਰੇ ਪੁੱਤਰ ਦੇ ਪੈਰਾਂ 'ਚ ਸੁੱਟੇਗਾ ਹਾਂ ਮੁੜ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ ਤੂੰ ਹਾਲੇ ਨਹੀਂ ਗਿਆ ਅਸੀਂ ਅਜੇ ਸਵੇਰ ਦੀ ਭਾਉਣੀ ਨਹੀਂ ਕੀਤੀ ਲੜਾਈ ਝਗੜੇ ਦਾ ਮੂੰਹ ਬਰਾਸੀਓ ਆ ਜਾਓ ਖਤਰਾ ਟਲ ਗਿਆ ਆ ਜਾਓ ਬਿਸਮਿਲਲਾ ਬੈਠੋ ਮੈਂ ਕਿਹਾ ਉਸਤਾਦੇ ਮੋਤਰ ਹਾਂਜੀ ਮੈਂ ਕਿ ਲੂਸ ਲੰਗੇ ਆ ਭੈਣ ਦੀ ਲਾਸ਼ ਚੁੱਕ ਲੈ ਆਏ ਉਹ ਆ ਜਾਓ ਕਮਲੇ ਮੌਤ ਤੋਂ ਨਹੀਂ ਡਰੀਦਾ ਜਿਹੜਾ ਬੰਦਾ ਦੁਨੀਆ ਤੇ ਆਇਆ ਉਹਨੇ ਵਾਪਸ ਜਾਣਾ ਹੈ ਨਾ ਬਿਲਕੁਲ ਬਿਲਕੁਲ ਤੇ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਆ ਬਾਬਾ ਜੀ ਤੇ ਕੋਠੇ ਦੇ ਹਾਲਾਤ ਸਹੀ ਨਹੀਂ ਤੁਸੀਂ ਚਲੇ ਜਾਓ ਮੰਮੀ ਤੈਨੂੰ ਪੈਸੇ ਵਟਾਉਣਾ ਆ ਬੜੀ ਸ਼ਰਾਫਤ ਨਾਲ ਗੁਜ਼ਾਰ ਲਈ ਚਲੇ ਜਾ ਇੱਥੋਂ ਹੁਣ ਨਜ਼ਾਕਤ ਨਾਲ ਗੁਜ਼ਾਰ ਲਓ ਚਲੇ ਜਾਓ ਬਾਬਾ ਮਨਜ਼ੂਰ ਮਲੰਗੀ ਬਾਬਾ ਜੀ ਬਹੁਤ ਪਹੁੰਚੀ ਹਸਤੀ ਲੱਗਦੇ ਹੋ ਕੀ ਬੱਚਾ 40 ਸਾਲ ਹੋ ਗਏ ਇਸ ਕੋਠੇ ਤੇ ਮਿਹਨਤ ਕਰਦੇ ਆ ਬਣਿਆ ਕੁਛ ਨਹੀਂ ਕੋਈ ਕਾਰੋਬਾਰ ਦੱਸੋ ਜਿੰਨਾ ਤੇਰਾ ਤਜਰਬਾ ਹੋ ਗਿਆ ਨਾ ਜੀ ਬਾਬਾ ਜੀ ਆਪਣਾ ਕੋਠਾ ਖੋਲ ਲਾ ਪੱਖਾ ਨੀ ਚੱਲਿਆ ਜਾਂਦਾ ਹਵਾ ਨੀ ਭਰਦੀ ਇਹਦੇ ਚ ਕੋਈ ਐਸਾ ਦਮ ਕਰੋ ਕਿ ਇਹਦੇ ਚ ਹਵਾ ਭਰ ਜਾਏ ਬਾਜੇ ਨੂੰ ਮੂਲੀਆਂ ਖਵਾ ਹਵਾਵਾਂ ਨਿਕਲਣ ਗੀਆਂ ਭਰੀਆਂ ਨੀ ਜਾਣੀਆਂ ਨਿਆਣੇ ਆ ਤਲਵਾਰਾਂ ਚੁੱਕ ਕੇ ਫਿਰਨੇ ਆ ਤੁਸੀਂ ਕੰਜਰਾਂ ਦੇ ਨਿਆਣੇ ਸ਼ਲਵਾਰਾਂ ਚੁੱਕ ਕੇ ਫਿਰਦੇ ਆ ਛੱਡੋ ਯਾਰ ਛੱਡੋ ਜਾਓ ਚੁੱਕੋ ਅੰਦਰ ਜਾ ਕੇ ਆਪਣੇ ਨਾਲ ਭੱਟੀ ਸਾਹਿਬ ਦੀ ਵੀ ਬਿਸਤੀ ਕਰਾ ਦੇ ਕੌਣ ਭੱਟੀ ਅਜਾਲਾ ਤੂੰ ਵੀ ਕੋਈ ਬਾਬਾ ਨਹੀਂ ਸਾਰੀ ਜ਼ਿੰਦਗੀ ਸ਼ੌਪਰ ਪੀਤਾ ਦੇ ਬਾਬਾ ਬਣਿਆ ਆ ਵੀ ਤੇਰੇ ਪਿਓ ਦਾ ਬਾਬਾ ਤੈਨੂੰ ਕੀ ਚੱਲ ਚੱਲ ਜਾ ਤੋ ਅਸੀਂ ਬਾਬੇ ਆ ਕੋਈ ਔਰਤ ਦੇ ਚੈਨ ਖੜਾਉਣੇ ਆ ਤੇ ਲੈ ਆਓ ਇੱਥੇ ਨਹੀਂ ਬਾਬਾ ਬਾਬਾ ਜੀ ਸੋਹਣਾ ਜੀ ਅੱਛਾ ਬਾਬਾ ਜੀ ਮੈਂ ਇਹਦਾ ਕੀ ਕਰਾਂ ਕੁੱਤਾ ਬਣਾਇਆ ਬਾਬਾ ਜੀ ਇਹ ਮੈਂ ਤੁਹਾਡੇ ਕੇ ਹੱਥ ਜੋੜਨਾ ਮੇਰੀ ਬੀਵੀ ਘਰ ਨਹੀਂ ਮੈਨੂੰ ਮਿਲਦੀ ਜਾ ਮੇਰੇ ਡੇਰੇ ਤੋਂ ਚੁੱਕ ਲਾ ਬਾਬਾ ਜੀ ਮੈਨੂੰ ਇਹੋ ਜਿਹੀ ਦੁਆ ਦਿਓ ਕੀ ਹੋਇਆ ਬਾਬੇ ਦੇ ਬਰਾਬਰ ਬੈਠਾ ਬਾਬੇ ਨਾਲ ਭੈਣ ਵੀ ਆਈ ਤੂੰ ਬਾਬਾ ਜੀ ਮੇਰੀ ਦੁਕਾਨ ਨੂੰ ਚੜ ਗਈ ਹੈ ਕਿਹੜੀ ਦੁਕਾਨ ਮੇਰੀ ਦੁਕਾਨ ਹੁੰਦੀ ਸੀ ਉਹ ਫਰਨੀਚਰ ਆਣਾ ਨਹੀਂ ਪਹਿਲੋ ਫਰਨੀਚਰ ਵਾਲੇ ਉਮਰ ਫਰੂਕ ਸਾਹਿਬ ਉਹਨਾਂ ਨੇ ਮੇਰੀ ਦੁਕਾਨ ਤੇ ਕਬਜ਼ਾ ਕਰ ਲਿਆ ਉਹ ਇੱਕ ਨੰਬਰ ਸਮਾਨ ਬਣਾਉਂਦੇ ਨੇ ਫਰਨੀਚਰ ਮੈਂ ਦੋ ਨੰਬਰ ਬਣਾਉਂਦਾ ਸਾਂ ਜਾਂਦੀ ਮੈਨੂੰ 76 ਮਾਰ ਕੇ ਉਹਨਾਂ ਨੇ ਕੱਟ ਦਿੱਤਾ ਬਸ ਬਾਬਾ ਜੀ ਇਹੋ ਜੀ ਦੁਆ ਦਿਓ ਉਹਨਾਂ ਦੇ ਨਾਲ ਮੇਰੀ ਦੁਕਾਨ ਸੈੱਟ ਹੋ ਜਾਵੇ ਨਹੀਂ ਉਹ ਸੈੱਟ ਨੇ ਬਸ ਛੱਡ ਦੇ ਤੂੰ ਬਾਬਾ ਜੀ ਹੋਰ ਪਰੇਸ਼ਾਨੀ ਦੱਸ ਬਾਬਾ ਜੀ ਇੱਕ ਦੁਆ ਹੋਰ ਦਿਓ ਮੇਰੀ ਬੁੱਢੀ ਦੇ ਘਰ 30 ਬੱਚੇ ਹੋਣ ਆ ਜਾ ਬਾਬੇ ਨੂੰ ਨਾਲ ਹੀ ਜਾਣਾ ਪੈਣਾ ਹੈ ਬਾਬਾ ਠਹਿਰ ਜਾ ਬੰਦੇ ਘੱਟ ਨੇ ਆਓ ਤੁਸੀਂ ਵੀ ਬਾਬਾ ਜੀ ਇਹ ਬੱਚਾ ਇੱਧਰ ਆਓ ਜਰਾ ਸੇਠ ਚਾਂਦੀ ਵਾਲਾ ਹਾਂਜੀ ਗਾਂਧੀ ਵਜਾਂਦੀ ਵਾਲਾ ਤੁਸੀਂ ਆਪਣਾ ਤਾਰਫ ਕਰਾਓ ਨਾ ਸਰੂ ਕੰਜਰ ਮੈਂ ਵੀ ਇੱਥੇ ਕੁਝ ਪੈਸੇ ਲਾਉਣਾ ਚਾਹੁੰਦਾ ਇਸ ਕੰਮ 'ਚ ਪੈਸੇ ਨਹੀਂ ਇਨਵੈਸਟਮੈਂਟ ਕਰਨੀ ਪੈਂਦੀ ਉਹ ਕੀ ਕਰਨਾ ਪੈਂਦਾ ਨਿੱਕੀਆਂ ਦੋਵੇਂ ਹੀ ਲਾਇਆ ਮੈਂ ਹੁਣੇ ਕਿ ਬਾਬਾ ਜੀ ਉਹ ਆਸਨ ਆਸੋ ਬਾਬਾ ਜੀ ਇਹ ਕੀ ਕਹਿ ਰਿਹਾ ਮੈਨੂੰ ਵੀ ਇਹੀ ਇਹਨੇ ਕਿਹਾ ਖੜਦੇ ਚੀਨੂੰ
ਕੀ ਚਾਹਨਾ ਚਲਾ ਜਾ ਦਫਾਇਆ ਤੂੰ ਚਵਲ ਇਨਸਾਨ ਹੈ ਸੜਕ ਤੇ ਜਾ ਰਿਹਾ ਮੈਂ ਕਿਹਾ ਕਿੱਧਰ ਜਾ ਰਿਹਾ ਇਹਨਾਂ ਮੈਂ ਆਪਣੀ ਭੈਣ ਦੇ ਘਰ ਜਾ ਰਿਹਾ ਮੈਂ ਕਿਹਾ ਭੈਣਾ ਘਰ ਖਾਲੀ ਹੱਥ ਨਹੀਂ ਜਾਈਦਾ ਨਾਲ ਦੋ ਬੰਦੇ ਲੈ ਗਿਆ ਬਾਬਾ ਜੀ ਹੈ ਬੰਦਾ ਬੇਵਕੂਫ ਇਹਨੇ ਘਰ ਚ ਇੱਕ ਕੁੱਤੀ ਰੱਖੀ ਹੋਈ ਉਹ ਤਰਾ ਦੇਣ ਕਿਤੇ ਆਈ ਨਾ ਚੌਥੇ ਦਿਨ ਆ ਕੇ ਪੈਰ ਚੱਟਣ ਲੱਗ ਪਈ ਸੀ ਉਹਨੂੰ ਆਂਦਾ ਹੁਣ ਮੇਰੇ ਅੱਗੇ ਸੱਚੀ ਨਾ ਹੋ ਬਾਬਾ ਜੀ ਚਾਰੇ ਚਵਲੇ ਤੂੰ ਉਹ ਕਿਸ ਤਰ੍ਹਾਂ ਬਾਬਾ ਜੀ ਬੰਦੀਆਂ ਮਰਾਦਾਂ ਪਾ ਲਓ ਬਾਬਾ ਜੀ ਬਾਬੇ ਨਾਲ ਆਪਣੀ ਬੱਚੀ ਦਾ ਰਿਸ਼ਤਾ ਕਰਾ ਲਓ ਬਾਬਾ ਜੀ ਬਾਬਾ ਜਿਹੜਾ ਹੋ ਗਿਆ ਨਾ ਮੈਂ ਬੜੀ ਕੁੱਤੀ ਚੀਜ਼ ਹੈ ਦੇਣ ਚ ਰੱਖਣਾ ਓਏ ਪਤਾ ਯਾਰ ਨਾ ਦੱਸ ਸਾਰੀਆਂ ਥੁੱਕਾਂ ਬਾਬੇ ਦੇ ਬਾਤਾਂ ਬਾਬਾ ਜੀ ਇਹ ਥੁੱਕਾਂ ਨਹੀਂ ਕਲਾ ਕਰਦਾ ਹੀ ਬਾਬਾ ਜੀ ਇਹ ਥੁੱਕਾਂ ਨਹੀਂ ਇਹ ਸ਼ਬਨਮ ਦੇ ਕਤਰੇ ਨੇ ਤੇਰੇ ਮੂੰਹ ਚ ਕਿਵੇਂ ਆਏ ਤੁਸੀਂ ਬੜੇ ਕਰਨੀ ਵਾਲੇ ਹੋ ਮੈਂ ਤੁਹਾਡੀ ਦੋਸਤੀ ਉਹ ਕਿਉਂ ਇਹਨੇ ਬਾਬੇ ਦੀ ਟੋਪੀ ਲਈ ਹੈ ਬਾਬੇ ਦੀ ਇੱਜ਼ਤ ਸਿਰ ਤੇ ਲਈ ਹੈ ਅੱਜ ਤੋਂ ਬਾਅਦ ਦੋਜ਼ਖ 'ਚ ਕੋਈ ਨਹੀਂ ਜਾਸੀ ਉਹ ਕਿਉਂ ਮੇਰੇ ਮਾਮੇ ਦਾ ਟੈਲੀਫੋਨ ਆਇਆ ਕਹਿੰਦਾ ਰਾਸ਼ੀ ਬੜਾ ਮੈਂ ਆਪ ਕੰਨ ਤੇ ਬੈਠਾ ਕੰਜਰਾ ਚਲੇ ਜਾ ਚਾਇਆ ਚਲ ਚਲ ਬਾਬਾ ਜੀ ਹਾਂਜੀ ਵੇਖੋ ਤੁਸੀਂ ਵੀ ਧੀਆਂ ਭੈਣਾਂ ਉੱਠੋ ਬਾਬਾ ਜੀ